ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਅੱਜ ਮੈਂ ਦੁਬਾਰਾ ਆਪਣੀ ਛੱਤ 'ਤੇ ਖੜ੍ਹਾ ਜੀ, ਪਿੰਡ ਮਹਿਤਾਬਪੁਰ ਮੁਕੇਨੀਆਂ ਦੇ ਕੋਲ। ਵੀਰ ਜੀ, ਦਰਅਸਲ ਨਾ ਜਦੋਂ ਆਪਾਂ ਤੁਹਾਨੂੰ ਪਹਿਲਾਂ ਕਬੂਤਰ ਦਿਖਾਏ ਸੀ ਨਾ, ਆਪਾਂ ਸਿਰਫ ਤੁਹਾਨੂੰ ਦੋ ਕਬੂਤਰ ਆਪਣੇ ਦਿਖਾਏ ਸੀ ਜਿਹੜੇ ਮੇਨ ਸੀ। ਗੱਲ ਵਿੱਚੋਂ ਇਹ ਸੀ ਬਾਕੀ ਕਬੂਤਰ ਅਸੀਂ ਤਾਂ ਨਹੀਂ ਸੀ ਦਿਖਾਏ, ਦਰਅਸਲ ਆਪਣੇ ਉਸਤਾਦ ਉਹਨਾਂ ਨੇ ਅਤੇ ਬਾਈ ਨੇ ਮਨ੍ਹਾ ਕੀਤਾ ਹੋਇਆ ਸੀ ਕਿ ਯਾਰ ਕਬੂਤਰ ਨਹੀਂ ਦਿਖਾਉਣੇ, ਕਿਉਂਕਿ ਤੁਹਾਨੂੰ ਪਤਾ ਕਿ ਚੋਰੀ ਹੋਣ ਲੱਗੇ ਜਦੋਂ ਕਬੂਤਰਾਂ ਬਾਰੇ ਪਤਾ ਲੱਗਦਾ ਤਾਂ ਬਹੁਤ ਛੇਤੀ ਹੋ ਜਾਂਦੇ ਆ, ਉਹਨਾਂ ਨੂੰ ਡਰ ਸੀ। ਅਤੇ ਮੈਂ ਉਹਨਾਂ ਨੂੰ ਦੱਸਿਆ ਉਸਤਾਦ ਜੀ ਕਿ ਆਪਣਾ ਖੁੱਡੇ ਜਿਹੜੇ ਬਿਲਕੁਲ ਸੇਫ ਹੈ, ਚੋਰੀ ਨਹੀਂ ਹੋ ਸਕਦੀ। ਅਤੇ ਉਸਤਾਦ ਉਹਨਾਂ ਨੇ ਸਾਨੂੰ ਪਰਮਿਸ਼ਨ ਦੇ ਦਿੱਤੀ ਆ ਜੀ, ਆਪਾਂ ਤੁਹਾਨੂੰ ਆਪਣੇ ਸਾਰੇ ਕਬੂਤਰ ਦਿਖਾਵਾਂਗੇ ਜੋ ਸਾਨੂੰ ਉਸਤਾਦ ਉਹਨਾਂ ਨੇ ਦਿੱਤੇ ਹੋਏ ਨੇ। ਆਪਣਾ ਉਸਤਾਦ ਜੀ ਬਿੰਦਰ ਗਿੱਲ ਲੁਧਿਆਣੇ ਤੋਂ ਅਤੇ ਆਪਣਾ ਬਾਈ ਜੀ ਗੋਲਾ ਬਾਈ ਪੱਖੋਵਾਲ ਤੋਂ। ਇਹਨਾਂ ਦੋਵਾਂ ਵੀਰਾਂ ਦੇ ਜੀ ਆਪਣੇ ਕੋਲ ਕਬੂਤਰ ਸਭ ਤੋਂ ਜ਼ਿਆਦਾ ਨੇ, ਹੋਰ ਵੀਰਾਂ ਨੇ ਵੀ ਆਪਣੇ ਨੂੰ ਦਿੱਤੇ ਸੀ ਜਿਵੇਂ ਕਿ ਤੁਹਾਨੂੰ ਦੱਸਿਆ ਸੀ। ਅਤੇ ਵੀਰ ਜੀ, ਆਪਾਂ ਤੁਹਾਨੂੰ ਉਸਤਾਦ ਵਾਲੇ ਕਬੂਤਰ ਵੀ ਦਿਖਾਵਾਂਗੇ ਅਤੇ ਗੋਲੂ ਬਾਈ ਪੱਖੋਵਾਲ ਅਤੇ ਬਾਈ ਭੋਲੂ ਸਿਓੜੇ ਵਾਲਾ ਜੀ, ਉਹਨਾਂ ਨੇ ਵੀ ਆਪਾਂ ਨੂੰ ਕੁਝ ਕਬੂਤਰ ਦਿੱਤੇ ਸੀ ਜੀ। ਬਸ ਇਹੀ ਕਾਰਨ ਸੀ ਕਿ ਉਹਨਾਂ ਨੇ ਮਨ੍ਹਾ ਕੀਤਾ ਸੀ ਕਿ ਸਾਡੇ ਕਬੂਤਰ ਕਿਸੇ ਨੂੰ ਨਹੀਂ ਦਿਖਾਉਣੇ, ਬਟ ਉਹਨਾਂ ਨੇ ਹੁਣ ਕਹਿ ਦਿੱਤਾ ਕਿ ਤੁਸੀਂ ਦਿਖਾ ਸਕਦੇ ਹੋ। ਅਤੇ ਵੀਰੇ, ਆਪਾਂ ਤੁਹਾਨੂੰ ਆਪਣੇ ਕਬੂਤਰ ਦਿਖਾਉਂਦੇ ਹਾਂ ਜੀ, ਜਿਹੜੇ ਕਿ ਜਿਵੇਂ ਇਹ ਤੁਸੀਂ ਦੇਖ ਰਹੇ ਹੋ, ਇਹ ਸਾਰੇ ਮੇਰੇ ਵੱਡੇ ਕਬੂਤਰ ਨੇ ਜੋੜਿਆਂ ਵਾਲੇ। ਪਹਿਲਾਂ ਵੀ ਤੁਹਾਨੂੰ ਦਿਖਾਏ ਸੀ, ਪਹਿਲਾਂ ਖੁੱਡੇ ਦੇ ਵਿੱਚ ਦਿਖਾਏ ਸੀ, ਆਪਾਂ ਇਹ ਜਾਲ ਨਵਾਂ ਲਗਾਇਆ ਜੀ ਅਤੇ ਜਾਲ ਦੇ ਵਿੱਚ ਆਪਣੇ ਕਬੂਤਰ ਨੇ। ਅਤੇ ਆਪਾਂ ਸਰ ਤੁਹਾਨੂੰ ਉਹ ਅੱਜ ਕਬੂਤਰ ਦਿਖਾਉਂਦੇ ਹਾਂ ਜਿਹੜੇ 6 ਕਬੂਤਰਾਂ ਦੇ ਨਾਲ ਆਪਾਂ ਮੋਟਰਸਾਈਕਲ ਵਿਨ ਕੀਤਾ ਸੀ ਜੀ। ਅਤੇ ਉਸ ਦਿਨ ਗਰਮੀ ਬਹੁਤ ਜ਼ਿਆਦਾ ਸੀ ਜੀ, ਆਪਣੇ ਕਬੂਤਰ ਕੋਈ ਬਹੁਤੇ ਜ਼ਿਆਦਾ ਉਸ ਦਿਨ ਲੰਬੇ ਨਹੀਂ ਸੀ ਉੱਡੇ, ਆਪਣੇ ਇੱਥੇ ਹੋਰ ਵੀਰਾਂ ਨੇ ਬਹੁਤ ਰੱਖੇ ਹੋਏ ਨੇ ਅਤੇ ਉਹਨਾਂ ਦੇ ਕਬੂਤਰ ਵੀ ਵਧੀਆ ਉੱਡੇ ਸੀ ਜੀ। ਆਪਣੇ ਮੁਕੇਰੀਆਂ ਸ਼ਹਿਰ 'ਚ ਵੀ ਵਧੀਆ ਉੱਡੇ, ਪਠਾਨਕੋਟ ਸ਼ਹਿਰ ਵਿੱਚ ਵੀ ਵਧੀਆ ਉੱਡੇ ਸੀ। ਅਤੇ ਕਾਰਨ ਇਹ ਆ ਵੀ ਜਿਸ ਨੂੰ ਪਰਮਾਤਮਾ ਨੇ ਜਿੱਤ ਦੇਣੀ ਹੋਵੇ ਕਿ ਜਿੱਤਦਾ ਉਹੀ ਆ ਜਿਹਦੀ ਕਿਸਮਤ ਵਿੱਚ ਹੋਵੇ। ਅਤੇ ਤੁਹਾਨੂੰ ਮੈਂ ਸਰ ਆਪਣੇ ਕੁਝ ਕਬੂਤਰ ਉਹਦੇ ਵਿੱਚੋਂ ਆਪਣੇ ਜਿਹੜੇ ਹੈਗੇ ਆ ਵੈਰੀ ਲੈ ਗਈ ਸੀ ਇੱਕ ਦੋ, ਅਤੇ ਬਾਕੀ ਆਪਣੇ ਕੋਲ 4-5 ਕਬੂਤਰ ਉਹ ਹੈਗੇ ਨੇ ਜਿਹੜੇ ਅਸੀਂ ਬਾਜੀ ਵਿੱਚ ਉਡਾਏ ਸੀ। ਅਤੇ ਮੈਂ ਸਰ ਉਹ ਤੁਹਾਨੂੰ ਕਬੂਤਰ ਦਿਖਾਉਂਦਾ ਜੀ। ਸਰ ਇੱਕ ਕਬੂਤਰ ਤਾਂ ਆਪਣਾ ਇਹੀ ਆ ਜੀ ਜਿਹੜਾ ਤੁਹਾਨੂੰ ਆਪਾਂ ਪਹਿਲਾਂ ਵੀ ਦਿਖਾਇਆ ਸੀ, ਆਪਣਾ ਲਾਲ ਚੀਨਾ ਕਬੂਤਰ ਹੈ ਜੀ। ਇਹ ਕੀ ਉੱਡਿਆ ਸੀ ਬਾਜੀ ਵਿੱਚ ਜੀ, ਉਸ ਇਹ ਖੱਟੀਆਂ ਅੱਖਾਂ ਵਾਲਾ ਜੀ, ਇਹਦੇ ਬੱਚੇ ਜੀ ਆਪਣੇ ਕੋਲ ਤੁਹਾਨੂੰ ਦੱਸਿਆ ਸੀ ਕਿ 13 ਘੰਟੇ ਉੱਡਦੇ ਨੇ ਜੀ, ਇਹ ਉਹ ਕਬੂਤਰ ਹੈ ਜੀ। ਇੱਕ ਬਾਈ ਜੀ ਇਹ ਕਬੂਤਰੀ ਆ ਜੀ ਚਿੱਟੀਆਂ ਅੱਖਾਂ ਵਾਲੀ। ਇਹ ਦੋ, ਇਹ ਇੱਕ ਕਬੂਤਰੀ ਸਾਡੀ ਬਾਜੀ ਵਿੱਚ ਉੱਡੀ ਸੀ ਜੀ। ਇੱਕ ਜੀ ਇਹ ਹੈ ਜੀ ਆਪਣਾ ਚੀਨਾ ਪੱਠਾ ਜੀ, ਇੱਕ ਇਹ ਚੀਨਾ ਜੀ, ਇਹ ਉਸ ਕਬੂਤਰ ਦਾ ਪੱਠਾ ਹੈ ਜੀ। ਇੱਕ ਇਹ ਉੱਡਿਆ ਸੀ ਜੀ ਆਪਣਾ ਬਾਜੀ ਦੇ ਵਿੱਚ। ਇਹ ਦੇਖ ਸਕਦੇ ਹੋ ਜੀ ਤੁਸੀਂ 3 ਅਤੇ
ਦੋ ਕਬੂਤਰ ਆਪਣੇ ਇੱਧਰ ਨੇ, ਦੋ ਤਿੰਨ ਉਹ ਵੀ ਤੁਹਾਨੂੰ ਦਿਖਾਉਂਦੇ ਹਾਂ ਜੀ। ਇੱਕ ਕਬੂਤਰ ਵੀਰ ਜੀ ਆਪਣਾ ਇਹ ਆ ਖੱਟੀਆਂ ਅੱਖਾਂ ਦਾ, ਇਹ ਕਬੂਤਰ ਹੈ ਜੀ ਆਪਣਾ। ਇਹਦੀ ਉਡਾਰ ਬਹੁਤ ਲੰਬੀ ਹੈ ਜੀ। ਇਹ ਪਿਛਲੇ ਸਾਲ ਜਿਹੜਾ ਹੈਗਾ ਆਪਣੇ ਕੋਲ 4 ਵਜੇ ਬੈਠਾ ਜੀ ਬਾਜੀ ਦੇ ਵਿੱਚ, 4 ਵਜੇ ਤੋਂ ਬਾਅਦ ਬੈਰੀ ਪੈ ਗਈ ਸੀ ਜੀ। ਇੱਕ ਕਬੂਤਰੀ ਆਪਣੀ ਜੀ 3:30 ਵਜੇ ਬੈਰੀ ਨੇ ਚੱਕ ਲਈ ਸੀ, ਅਤੇ ਫਿਰ ਆਪਣੇ 4 ਕਬੂਤਰ ਲਗਾਤਾਰ ਜਿਹੜੇ 4 ਵਜੇ ਬਹਿ ਗਏ ਸੀ। ਅਤੇ ਇਹ ਕਬੂਤਰ ਵੀ ਆਪਣਾ ਵਧੀਆ ਉੱਡਦਾ ਹਰ ਸਾਲ ਜੀ। ਇਸ ਕਬੂਤਰ ਦਾ ਇੱਕ ਪੱਠਾ ਆਪਣੇ ਕੋਲ ਦੜਾ ਵੀ ਜਿੱਤਿਆ ਸੀ ਜੀ। ਇਹਦੇ ਨਾਲ ਕਬੂਤਰੀ ਜਿਹੜੀ ਹੈਗੀ ਆ ਲਾਲਬੰਦ ਕਬੂਤਰੀ ਆ, ਉਹ ਦੂਸਰੀ ਸਾਈਡ ਆ, ਉਹ ਮੈਂ ਤੁਹਾਨੂੰ ਦਿਖਾਉਂਦਾ ਜੀ। ਇਹ ਕਬੂਤਰ ਦੇ ਪੱਲੇ ਨੇ ਜੀ, ਇਹ ਤੁਸੀਂ ਦੇਖ ਸਕਦੇ ਹੋ ਜੀ। ਇਹ ਕਬੂਤਰ ਦੇ ਪੰਜੇ ਨੇ ਜੀ। ਇਹ ਆਪਣਾ ਕਬੂਤਰ ਹੈ ਜੀ। ਇੱਕ ਕਬੂਤਰੀ ਆਪਣੀ ਵੀਰ ਜੀ ਬੈਰੀ ਲੈ ਗਈ ਸੀ, ਅਤੇ ਇੱਕ ਕਬੂਤਰੀ ਇਸ ਸਾਲ ਪਿਛਲੇ ਮਈ ਮਹੀਨੇ ਜੀ ਆਪਣੀ ਕਬੂਤਰੀ ਰਾਤ ਉੱਡਦੀ ਰਹਿ ਗਈ। ਜੌਂਸਰੀ ਕਬੂਤਰੀ ਸੀ, ਗੋਲੂ ਬਾਈ ਪਖਵਾਲ ਨੇ ਬਾਈ ਉਹ ਆਪਾਂ ਨੂੰ ਦਿੱਤੀ ਹੋਈ ਸੀ ਕਬੂਤਰੀ ਜੀ, ਉਹ ਕਬੂਤਰੀ ਉੱਡਦੀ ਰਹਿ ਗਈ। ਅਤੇ ਬਾਕੀ ਤੁਹਾਨੂੰ ਮੈਂ ਉਹ ਕਬੂਤਰਾਂ ਦਾ ਸ਼ੌਂਕ ਕਰਨਾ ਜਿਹੜੇ ਆਪਣੇ ਵਧੀਆ ਉਡਾਰ ਦੇ ਰਹੇ ਨੇ ਜੋੜੇ ਜੀ। ਬਾਈ ਜੀ ਇਹ ਕਬੂਤਰੀ ਹੈ ਲਾਲ ਚੀਨੀ ਕਬੂਤਰੀ ਹੈ ਜੀ, ਸਾਡੇ ਲਾਖੀ ਵੀ ਕਹਿ ਦਿੰਦੇ ਨੇ ਇਹਨੂੰ, ਖੱਟੀਆਂ ਅੱਖਾਂ ਦੀ ਹੈ ਜੀ। ਲਾਗੇ ਆ ਕੇ ਦਿਖਾਓ, ਇਹ ਇਹਦੀਆਂ ਅੱਖਾਂ ਨੇ ਜੀ, ਇਹ ਦੇਖੋ ਜੀ। ਪੈਰਾਂ 'ਤੇ ਇਹਦੇ ਮੌਜ ਹੈ ਜੀ, ਥੋੜ੍ਹੇ ਡੱਕੇ ਨੇ। ਇਹ ਕਬੂਤਰੀ ਦੇ ਬੱਚੇ ਜਿਹੜੇ ਆ ਜੀ, ਇਹ ਵੀ ਆਪਾਂ ਨੂੰ ਗੋਲੂ ਪਖਵਾਲ ਨੇ ਦਿੱਤੀ ਸੀ ਜੀ। ਬਹੁਤ ਚੰਗਾ ਰਿਜ਼ਲਟ ਹੈ ਜੀ ਇਸ ਕਬੂਤਰੀ ਦੇ ਬੱਚਿਆਂ ਦਾ। ਇਹਦੇ ਨਾਲ ਕਬੂਤਰ ਲਗਾਏ ਚਿੱਟੀਆਂ ਅੱਖਾਂ ਦਾ ਜੀ, ਉਹ ਵੀ ਤੁਹਾਨੂੰ ਦਿਖਾਉਂਦੇ ਹਾਂ ਜੀ। ਇਹ ਕਬੂਤਰ ਹੈ ਜੀ, ਇਹ ਉਸ ਕਬੂਤਰੀਆਂ ਲੱਗਾ ਹੋਇਆ ਜੀ। ਇਹ ਘਰੇ ਵੀ ਉਡਾਰ ਬਹੁਤ ਦਿੰਦੇ ਨੇ, ਅਤੇ ਬਾਹਰ ਵੀ ਇਹਨਾਂ ਦਾ ਜੀ ਬਹੁਤ ਵਧੀਆ ਰਿਜ਼ਲਟ ਹੈ ਇਹਨਾਂ ਕਬੂਤਰਾਂ ਦਾ। ਇਹ ਚਿੱਟੀਆਂ ਅੱਖਾਂ ਦਾ ਕਬੂਤਰ ਹੈ ਜੀ, ਇਹ ਦੇਖੋ, ਇਹ ਇਹਦੇ ਪੱਲੇ ਨੇ ਜੀ, ਇਹ ਦੇਖੋ। ਇਹ ਨੇ ਜੀ ਪੰਜੇ ਇਹਦੇ,
ਜਿਵੇਂ ਕਿ ਵੀਰ ਜੀ ਜਿੰਨਾ ਕੁ ਸਾਨੂੰ ਦਿਖਾਉਣਾ ਹੁੰਦਾ ਉਨਾ ਕੁ ਤੁਹਾਨੂੰ ਦਿਖਾਵਾਂਗੇ। ਅਸੀਂ ਕੋਈ ਬਹੁਤੇ ਐਕਸਪਰਟ ਬੰਦੇ ਨਹੀਂ ਹੈਗੇ, ਜਿੰਨੀ ਕੁ ਆਪਾਂ ਨੂੰ ਨੌਲੇਜ ਆ ਉਨੀ ਕੁ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ। ਅਤੇ ਬਾਕੀ ਵੀਰ ਜੀ ਇੱਕ ਹੋਰ ਗੱਲ ਦੱਸ ਦਈਏ, ਆਪਣਾ ਕਿਸੇ ਵੀਰ ਨਾਲ ਕੋਈ ਕੰਪੀਟੀਸ਼ਨ ਨਹੀਂ ਹੈਗਾ, ਆਪਣੇ ਬਹੁਤ ਤਗੜੇ ਤਗੜੇ ਖਿਡਾਰੀ ਪਏ ਨੇ ਜੀ। ਆਪਾਂ ਕਿਸੇ ਨਾਲ ਆਪਣਾ ਮੈਚ ਨਹੀਂ ਕਰਾਉਂਦੇ, ਅਸੀਂ ਆਪਣੇ ਕਬੂਤਰਾਂ ਦਾ ਵੈਸੇ ਤੁਹਾਨੂੰ ਸ਼ੌਂਕ ਕਰਵਾਉਂਦੇ ਹਾਂ ਜੀ, ਜਿਵੇਂ ਤੁਸੀਂ ਕਹਿੰਦੇ ਕਿ ਸ਼ੌਂਕ ਕਰਵਾ ਦਿਆ ਕਰੋ। ਵੀਰੇ ਆਪਾਂ ਕਿਸੇ ਦੇ ਮੁਕਾਬਲੇ 'ਚ ਨਹੀਂ ਖੜ੍ਹਦੇ, ਕਿਉਂਕਿ ਬਹੁਤ ਆਪਣੇ ਤੋਂ ਉੱਪਰ ਬਹੁਤ ਖਿਡਾਰੀ ਨੇ ਜਿਹਨਾਂ ਦੇ ਕਬੂਤਰ ਕੇ ਰਾਤ ਰਾਤ ਉੱਡਦੇ ਰਹਿ ਜਾਂਦੇ ਨੇ, ਲੰਬੇ ਉੱਡਦੇ ਨੇ। ਆਪਣੇ ਜਲੰਧਰ 'ਚ ਬਹੁਤ ਤਗੜੇ ਖਿਡਾਰੀ ਨੇ ਜੀ, ਜਿਵੇਂ ਕਿ ਆਪਾਂ ਸੁਣੀ ਦਾ ਹੀ ਆ ਵੀ ਰਿੰਕੂ ਅਵਾਦਪੁਰ, ਸੁਖਦੇਵ ਸਿੰਘ ਚੂਹੀ ਸੁਨਿਆਰਾ ਜੀ ਜੀ, ਅਤੇ ਆਪਣੇ ਲੁਧਿਆਣੇ ਤੋਂ ਡਾਕਟਰ ਮਾਂਗੜ ਸਾਹਿਬ, ਸ਼ਾਖਾ ਹੈਪੀ ਭਾਅ ਜੀ, ਬਿੰਦਾ ਭਾਅ ਜੀ, ਪ੍ਰਿੰਸ ਡਾਕਟਰ ਪ੍ਰਿੰਸ ਸਾਹਿਬ, ਬਹੁਤ ਸਾਰੇ ਤਗੜੇ ਤਗੜੇ ਖਿਡਾਰੀ ਨੇ। ਆਪਾਂ ਸਾਰਿਆਂ ਦਾ ਨਾਂ ਨਹੀਂ ਲੈ ਸਕਦੇ ਵੀ ਅਸੀਂ ਉਹਨਾਂ ਦੇ ਮੁਕਾਬਲੇ ਕੁਝ ਵੀ ਨਹੀਂ ਗਏ ਜੀ, ਪਰ ਸਾਡੇ ਕਬੂਤਰ ਜਿਹੜੇ ਉੱਡਦੇ ਆ, ਜਿਹੜੇ ਅਸੀਂ ਉਹਨਾਂ ਦਾ ਤੁਹਾਨੂੰ ਵੈਸੇ ਸ਼ੌਂਕ ਕਰਵਾ ਰਹੇ ਹਾਂ ਜੀ। ਅਤੇ ਮੇਰਾ ਵੀਰ ਭਰਾ, ਆਪਣਾ ਕਿਸੇ ਨਾਲ ਕੋਈ ਜੈਲਸੀ ਨਹੀਂ, ਕੋਈ ਕੰਪੀਟੀਸ਼ਨ ਨਹੀਂ ਹੈਗਾ ਜੀ, ਫਿਰ ਦੱਸ ਦਈਏ, ਆਪਾਂ ਵੈਸੇ ਤੁਹਾਨੂੰ ਸ਼ੌਂਕ ਕਰਾ ਰਹੇ ਹਾਂ ਆਪਣੇ ਕਬੂਤਰਾਂ ਦਾ ਜੀ। ਵੀਰ ਜੀ ਇਹ ਇੱਕ ਕਬੂਤਰੀ ਹੈਗੀ ਆ, ਇਹ ਵੀ ਆਪਾਂ ਨੂੰ ਜੀ ਬਾਈ ਗੋਲੂ ਪੱਖੋਵਾਲ ਨੇ ਦਿੱਤੀ ਸੀ ਜੀ। ਕਾਲੀਆਂ ਅੱਖਾਂ ਦੀ ਕਬੂਤਰੀ ਆ ਜੀ, ਇਹ ਫੌਜੀ ਧਮੋਟ, ਫੌਜੀ ਬਾਈ ਧਮੋਟ ਵਾਲੇ ਉਸਤਾਦ ਜੀ, ਇਹ ਉਹਨਾਂ ਦੇ ਵਿੱਚੋਂ ਕਬੂਤਰੀ ਆ ਜੀ, ਕਾਲੀਆਂ ਅੱਖਾਂ ਦੀ ਕਬੂਤਰੀ ਆ, ਇਹਦੇ ਪੱਲੇ ਨੇ ਜੀ, ਬਹੁਤ ਚੰਗੀ ਕਬੂਤਰੀ ਆ ਜੀ। ਇਹਦਾ ਰਿਜ਼ਲਟ ਆਪਣੇ ਕੋਲ ਬਹੁਤ ਵਧੀਆ ਆਇਆ, ਇਹਦੇ ਬੱਚੇ ਵੀ ਸਾਡੇ ਕੋਲ ਸ਼ਾਮ ਤੱਕ ਉੱਡੇ ਨੇ ਜੀ, ਅਤੇ ਇਹ ਬਾਹਰ ਵੀ ਬਹੁਤ ਵਧੀਆ ਕੰਮ ਕਰਦੇ ਨੇ, ਜਿੱਥੇ ਇੱਕ ਵਾਰ ਛੱਡਦੀ ਹੈ ਜੀ ਬਾਹਰ ਨਹੀਂ ਭੱਜਦੇ ਨਹੀਂ ਕਿਸੇ ਹਾਲ ਵਿੱਚ ਵੀ ਜੀ। ਇਹਨਾਂ ਦਾ ਬਹੁਤ ਚੰਗਾ ਰਿਜ਼ਲਟ ਹੈ ਜੀ। ਬਾਈ ਜੀ ਇਹ ਕਬੂਤਰ ਜਿਹੜਾ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ, ਇਹ ਆਪਣੇ ਉਸਤਾਦ ਬਿੰਦਰ ਗਿੱਲ ਨੇ ਆਪਾਂ ਨੂੰ ਦਿੱਤਾ ਸੀ ਜੀ, ਨਿਹੰਗ ਵਾਲੇ ਤੋਤੇ ਕਬੂਤਰਾਂ 'ਚੋਂ ਆ ਜੀ, ਨਿਹੰਗ ਘਰਾਂਗਣਾ ਜੀ ਉਹਨਾਂ ਦੇ ਕਬੂਤਰਾਂ 'ਚੋਂ ਆ ਜੀ। ਇਹ ਖੱਟੀਆਂ ਅੱਖਾਂ ਦਾ ਕਬੂਤਰ ਹੈ ਜੀ, ਅਤੇ ਇਹ ਆਪਾਂ ਨੂੰ ਉਸਤਾਦ ਉਹਨਾਂ ਨੇ ਦਿੱਤਾ ਸੀ ਜੀ, ਆਪਾਂ ਇਹਦੇ ਬੱਚੇ ਲੈ ਰਹੇ ਹਾਂ, ਵਧੀਆ ਰਿਜ਼ਲਟ ਆ ਇਹਨਾਂ ਦਾ ਵੀ, ਬਹੁਤ ਵਧੀਆ ਕੰਮ ਕਰਦੇ ਨੇ। ਜਿਵੇਂ ਕਿ ਜੀ ਤੋਤੇ ਕਬੂਤਰ ਹੋਏ ਨੇ ਉਸਤਾਦ ਨਿਹੰਗ ਵਾਲੇ, ਨਿੱਕੀ ਜੀ ਨੋਕ ਆ ਜੀ ਦੇਖੋ ਜੀ, ਛੋਟੀ ਜਿਹੀ, ਬਹੁਤ ਚੰਗਾ ਕਬੂਤਰ ਹੈ ਜੀ ਇਹ। ਪਰ ਇਹਦੇ ਮੈਂ ਕੱਟੇ ਹੋਏ ਨੇ ਜੀ, ਕਿਉਂਕਿ ਪਹਿਲਾਂ ਅੱਗੇ ਜਾਲ ਨਹੀਂ ਸੀ ਲੱਗਾ ਹੋਇਆ, ਅਤੇ ਇਹਦੇ ਤੁਹਾਨੂੰ ਪੰਜੇ ਦਿਖਾ ਦਿੰਦੇ ਜੀ, ਇਹ ਇਹਦੇ ਪੰਜੇ ਨੇ, ਇਹ ਦੇਖੋ ਵੀਰ ਜੀ। ਬਾਈ ਜੀ ਇੱਕ ਆ ਕਬੂਤਰੀ ਤੁਹਾਨੂੰ ਦਿਖਾ ਰਹੇ ਹੈਗੇ ਹਾਂ, ਇਹ ਜੋੜਾ ਆਪਾਂ ਨੂੰ ਜਿਹੜਾ ਹੈਗਾ ਆ ਆਪਣਾ ਗਗਨਾ ਵੀਰ ਬਾੜੇਵਾਲ ਤੋਂ ਜੀ, ਉਹਨਾਂ ਨੇ ਦਿੱਤਾ ਸੀ, ਬਹੁਤ ਹੀ ਚੰਗਾ ਜੀ ਇਹ ਜੋੜਾ। ਛੋਟੀ ਜਿਹੀ ਕਬੂਤਰੀ ਹੈ, ਲਾਲ ਚੀਨੀ ਲਾਖੀ ਕਹਿ ਸਕਦੇ ਹਾਂ ਜੀ, ਰੱਤੀਆਂ 'ਚ ਆਉਂਦੀ ਹੈ ਜੀ ਕਬੂਤਰੀ, ਚਿੱਟੀਆਂ ਅੱਖਾਂ ਦੀ। ਇਹਦੇ ਬੱਚੇ ਬਹੁਤ ਹੀ ਸੋਹਣੇ ਉੱਡਦੇ ਨੇ ਜੀ, ਬਾਹਰ ਵੀ ਕੰਮ ਕਰਦੇ ਆ, ਘਰ ਵੀ ਚੰਗੀ ਉਡਾਰ ਹੈ ਜੀ ਇਹਨਾਂ ਦੇ ਜੀ। ਇਹਦੇ ਨਾਲ ਸ਼ਾਹ ਅੱਖਾਂ ਕਾਲੀਆਂ ਅੱਖਾਂ ਦਾ ਕਬੂਤਰ ਲੱਗਾ ਹੋਇਆ ਹੈ ਜੀ, ਇਹ ਕਬੂਤਰੀ ਦਾ ਵਧੀਆ ਰਿਜ਼ਲਟ ਆਇਆ ਜੀ ਆਪਣੇ ਕੋਲ। ਵੀਰ ਜੀ ਇੱਕ ਆ ਜੋ ਆਪਾਂ ਤੁਹਾਨੂੰ ਕਬੂਤਰੀ ਦਿਖਾਉਣ ਜਾ ਰਹੇ ਹਾਂ, ਇਹ ਆਪਣੀ ਸਾਰਿਆਂ ਤੋਂ ਪੁਰਾਣੀ ਕਬੂਤਰੀ ਆ ਜੀ,
ਇਹ ਆਪਣੇ ਕੋਲੋਂ 4 ਸਾਲ ਬਾਜੀਆਂ ਉੱਡੀ ਆ ਜੀ, ਚਿੱਟੀਆਂ ਅੱਖਾਂ ਦੀ ਕਬੂਤਰੀ ਆ। ਇਹ ਦੇਖੋ ਜੀ ਕਬੂਤਰੀ, ਤੁਹਾਨੂੰ ਦਿਖਾਉਂਦੇ ਹਾਂ ਜੀ। ਇਹਦੇ ਸਿਰ 'ਤੇ ਥੋੜ੍ਹੇ ਜਿਹੇ ਲਾਲ ਜੌਂ ਨੇ। ਇਹ ਕਬੂਤਰੀ ਇੰਨੀ ਚੰਗੀ ਆ ਜੀ, ਇਹ ਉੱਚੀ ਨਹੀਂ ਜਾਂਦੀ, ਇਹ ਨੀਵੀਂ ਉੱਡਦੀ ਆ, ਅਤੇ ਇਹਦਾ ਰਿਜ਼ਲਟ ਇੰਨਾ ਵਧੀਆ ਨਾ ਤਾਂ ਕਦੇ ਭੱਜੀ ਆ। ਅਤੇ ਬਾਬੇ ਦੀ ਮਿਹਰ ਆ, ਬੈਰੀ ਤੋਂ ਵੀ ਬਚਾ ਰਿਹਾ ਜੀ ਇਸ ਕਬੂਤਰੀ ਦਾ ਆਪਣੀ ਦਾ। ਅਤੇ ਇਹ ਆਪਾਂ ਜੀ ਲੁਧਿਆਣੇ ਤੋਂ ਲਿਆਂਦੀ ਸੀ ਕਬੂਤਰੀ, ਆਪਣੇ ਕੋਲ 5-6 ਸਾਲ ਹੋ ਗਿਆ ਹੁਣ ਇਸ ਕਬੂਤਰੀ ਨੂੰ। ਅਤੇ ਆਪਾਂ ਹਰ ਬਾਜੀ ਵਿੱਚ ਲਗਭਗ ਇਹ ਉਡਾਈ ਸੀ ਪਹਿਲਾਂ, ਇਸ ਸਾਲ ਨਹੀਂ ਆਪਾਂ ਉਡਾਈ ਜੀ। ਅਤੇ ਇਹਦੇ ਤੁਹਾਨੂੰ ਪਰ ਵੀ ਦਿਖਾਉਂਦੇ ਹਾਂ ਜੀ, ਥੋੜ੍ਹੇ ਪਰ ਝੜੇ ਹੋਏ ਨੇ ਜੀ ਵਿੱਚ। ਬਹੁਤ ਚੰਗੀ ਕਬੂਤਰੀ ਆ ਜੀ ਇਹਦੀ। ਇਹਦੇ ਆਪਾਂ ਜੀ ਬੱਚੇ ਲਏ ਨੇ, ਅਤੇ ਇਹਦੇ ਬੱਚੇ ਵੀ ਕਈ ਥਾਵਾਂ 'ਤੇ ਉੱਡੇ ਨੇ ਆਪਣੇ, ਆਪਾਂ ਸ਼ਾਗਿਰਦਾਂ ਨੂੰ ਵੀ ਦਿੱਤੇ ਸੀ ਇਹਦੇ ਬੱਚੇ ਜੀ, ਅਤੇ ਇਹਦਾ ਰਿਜ਼ਲਟ ਬਹੁਤ ਵਧੀਆ ਆਇਆ ਜੀ। ਇਹ ਇਹਦੇ ਪੰਜੇ ਨੇ ਜੀ। ਵੀਰ ਜੀ ਕਬੂਤਰ ਤਾਂ ਅਲੱਗ ਅਲੱਗ ਨਸਲਾਂ ਦੇ ਆਪਾਂ ਨੂੰ ਕਈ ਵੀਰਾਂ ਨੇ ਦਿੱਤੇ, ਅਤੇ ਕੁਝ ਆਪਾਂ ਮੁੱਲ ਲਿਆਉਂਦੇ ਨੇ ਜੀ। ਬਾਕੀ ਮੈਂ ਵੀਰ ਜੀ ਤੁਹਾਨੂੰ ਸ਼ੌਂਕ ਕਰਵਾਉਣਾ ਆਪਣੇ ਕਬੂਤਰਾਂ ਦਾ ਜੀ, ਨੇੜੇ ਤੋਂ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਆਪਣੇ ਕਬੂਤਰ ਵੀਰ ਜੀ। ਵੀਰ ਜੀ ਇਹ ਜ਼ਿਆਦਾਤਰ ਇਹਦੇ ਵਿੱਚ ਜਿਹੜੇ ਹੈਗੇ ਆ ਮੇਰੇ ਕੋਲ ਘਰ ਦੇ ਅੜਾਵੇ ਜ਼ਿਆਦਾ ਨੇ, ਜਿਹੜੇ ਕਿ ਆਪਣੇ ਸ਼ਾਮ ਤੱਕ ਉੱਡਦੇ ਨੇ ਜੀ। ਬਾਕੀ ਸਰ ਮੈਂ ਤੁਹਾਨੂੰ ਦੂਸਰੇ ਖੁੱਡੇ ਦਾ ਵੀ ਸ਼ੌਂਕ ਕਰਵਾਉਣਾ ਜੀ। ਇਹ ਆਪਣੇ ਜੀ ਪੱਠੀਆਂ ਪੱਠੇ ਨੇ ਜਿਹੜੇ ਆਪਾਂ ਇਸ ਸਾਲ ਉਡਾਵਾਂਗੇ ਜੀ। ਇਹ ਦੇਖੋ ਜੀ, ਇਹ ਦੇਖੋ ਜੀ ਇੱਕ ਲਾਲ ਕਬੂਤਰੀ ਤੁਹਾਨੂੰ ਵਿੱਚ ਦਿਖਾਈ ਦੇ ਰਹੀ ਜਿਹੜੀ ਆ ਉੱਡ ਰਹੀ ਆ, ਜਾਲੇ ਨਾਲ ਚੰਬੜ ਗਈ ਜੀ। ਇਹ ਸ਼ਾਮ ਦੇ ਜੀ ਆਪਣੇ ਕੋਲ 6 ਵਜੇ ਤੱਕ ਉੱਡੀ ਆ ਜੀ ਇਹ ਕਬੂਤਰੀ ਵੀ ਜੀ। ਇਹ ਇਸ ਸਾਲ ਆਪਾਂ ਬਾਜੀ ਵਿੱਚ ਉਡਾਵਾਂਗੇ ਜੀ ਇਹਨੂੰ ਵੀ। ਬਾਕੀ ਇਹਦੇ ਵਿੱਚ ਤੁਹਾਨੂੰ ਕਾਲੇ ਚੀਨੇ ਦਿਖਾਉਂਦੇ ਹਾਂ ਜੀ। ਇਹ ਦੇਖੋ ਜੀ ਇਹ ਚਿਪਕੇ ਹੋਏ ਨੇ ਜੀ ਜਾਲੀ ਦੇ ਨਾਲ, ਇਹ ਆਪਣੀ ਸ਼ਾਮ ਤੱਕ ਉੱਡਦੇ ਹੀ ਉੱਡਦੇ ਨੇ ਜੀ। ਇਹਦੇ ਵਿੱਚ ਲਾਲ ਚੀਨੇ ਧੰਨੇ ਵਾਲੇ ਸਾਰੇ ਆਪਣੇ ਕੋਲ ਹੈਗੇ ਨੇ ਜੀ। ਇਹ ਦੇਖੋ ਜੀ ਕੁਝ ਕਬੂਤਰ ਆਪਣੇ ਪੱਠੀਆਂ ਨੇ ਜੀ, ਸਾਰੀਆਂ ਲਗਭਗ ਜਿੰਨੀਆਂ ਵੀ ਆ ਕਬੂਤਰੀਆਂ ਨੇ ਜੀ ਜੋ ਤੁਹਾਨੂੰ ਆਪਾਂ ਦਿਖਾਈਆਂ ਨੇ। ਆਪਾਂ ਤੁਹਾਨੂੰ ਨਰ ਵੀ ਦਿਖਾਉਂਦੇ ਹਾਂ ਜੀ, ਨਰ ਆਪਣੇ ਇਸ ਖੁੱਡੇ ਦੇ ਵਿੱਚ ਨੇ ਜੀ। ਇਹ ਦੇਖੋ ਜੀ ਇਹ ਨੇ ਨਾਰੇ ਕਾਲੇ ਚੀਨੇ ਸਾਰੇ ਆਪਣੇ ਜਿਹੜੇ ਹੈਗੇ ਨੇ ਜੀ 13 ਘੰਟੇ ਵਾਲੇ ਜੋੜੇ ਦੇ ਨੇ ਜੀ, ਜਿਹੜੇ ਕਿ ਉੱਡਦੇ ਨੇ ਜੀ। ਪਹਿਲਾਂ ਵੀ ਤੁਹਾਨੂੰ ਦਿਖਾਏ ਸੀ, ਜਿਵੇਂ ਇੱਕ ਵਾਰ ਫਿਰ ਦੁਬਾਰਾ ਦੱਸ ਦਈਏ ਜੀ। ਸਰ ਇੱਕ ਜੋੜਾ ਤੁਹਾਨੂੰ ਦਿਖਾਉਣ ਵਾਲਾ ਰਹਿ ਗਿਆ, ਆਪਾਂ ਨੂੰ ਦਿੱਤਾ ਸੀ ਜੀ ਜੱਸੀ ਵੀਰ ਨੰਗਲ ਵਾਲੇ, ਜਿਨ੍ਹਾਂ ਨੇ ਜੀ ਜਿਹੜੇ ਗਾਣੇ ਵੀ ਲਿਖਦੇ ਨੇ
ਉਹਨਾਂ ਦਾ ਇੱਕ ਜੋੜਾ ਜੀ ਮੈਂ ਤੁਹਾਨੂੰ ਦਿਖਾਉਣਾ, ਵੀਰ ਨੇ ਆਪਾਂ ਨੂੰ ਦਿੱਤਾ ਜੀ ਬੱਚੇ ਕਢਾਉਣ ਵਾਸਤੇ, ਦੁਬਾਰਾ ਵਾਪਸ ਕਰਾਂਗੇ ਜੀ ਉਹਨਾਂ ਨੂੰ। ਜੀ ਇਹ ਹੈ ਸੁਰਖਾ ਕਬੂਤਰ ਹੈ ਜੀ, ਰੱਤਾ ਕਹਿ ਸਕਦੇ ਹਾਂ ਇਹਨੂੰ ਆਪਾਂ। ਇਹ ਕਬੂਤਰ ਹੈ ਜੱਸੀ ਵੀਰ ਨੇ ਆਪਾਂ ਨੂੰ ਜੀ ਥੋੜ੍ਹੀ ਦੇਰ ਲਈ ਦਿੱਤਾ ਹੈਗਾ ਬੱਚੇ ਕਢਾਉਣ ਨੂੰ। ਇਹਦਾ ਜੀ ਰਿਜ਼ਲਟ ਬਹੁਤ ਵਧੀਆ ਜੀ, ਖੱਟੀਆਂ ਅੱਖਾਂ ਦਾ ਕਬੂਤਰ ਹੈ ਜੀ ਇਹ ਦੇਖੋ। ਜੱਸੀ ਨੰਗਲ ਵਾਲੇ ਵੀਰ ਹੈ ਜੋ ਗਾਣੇ ਲਿਖਦੇ ਨੇ ਜੀ, ਜੱਸੀ ਨੰਗਲਾਂ ਪੱਖੋਵਾਲ ਦੇ ਕੋਲ ਹੈ ਜੀ ਪਿੰਡ। ਇਹ ਦੇਖੋ ਜੀ ਕਬੂਤਰ ਦੇ ਪੱਲੇ ਵੀ, ਇਹ ਕੁਝ ਪਰ ਵਿੱਚੋਂ ਨਵੇਂ ਆ ਰਹੇ ਨੇ ਜੀ ਇਹਦੇ। ਇਹ ਜੀ ਕਬੂਤਰ ਦੇ ਪੰਜੇ ਨੇ ਜੀ, ਬਹੁਤ ਚੰਗਾ ਕਬੂਤਰ ਹੈ। ਇਹਦੇ ਨਾਲ ਚਿੱਟੀ ਲਾਲ ਧੌਣ ਦੀ ਕਬੂਤਰੀ ਲੱਗੀ ਹੋਈ ਹੈ ਜੀ। ਬਾਕੀ ਵੀਰ ਜੀ ਆਪਣੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਜ਼ਰੂਰ ਦੱਸਣਾ। ਅਤੇ ਵੀਰੇ ਆਪਣਾ ਫਿਰ ਇੱਕ ਵਾਰ ਤੁਹਾਨੂੰ ਦੱਸ ਦਈਏ, ਕਿਸੇ ਵੀਰ ਨਾਲ ਕੋਈ ਕੰਪੀਟੀਸ਼ਨ ਨਹੀਂ, ਸਿਰਫ ਤੁਹਾਨੂੰ ਸ਼ੌਂਕ ਕਰਵਾਉਂਦੇ ਹਾਂ ਜੀ, ਕਿਉਂਕਿ ਆਪਣੇ ਤੋਂ ਉੱਪਰ ਬਹੁਤ ਜ਼ਿਆਦਾ ਖਿਡਾਰੀ ਪਏ ਨੇ ਜੀ, ਆਪਾਂ ਇੱਕ ਛੋਟੇ ਜਿਹੇ ਬੰਦੇ ਹਾਂ ਜੀ। ਅਤੇ ਇੱਕ ਬੇਨਤੀ ਆ ਸਾਰੇ ਵੀਰਾਂ ਅੱਗੇ ਜੀ, ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਵਿਰਾਟ ਪੀਜਨ ਕਲੱਬ। ਅਤੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ।